23 ਦੀ ਸਭਾ 2023 ਦੀ ਜੋ ਕਿ 26, 27, 28 ਦਸੰਬਰ ਨੂੰ ਇਸ ਵਾਰੀ ਡੇਟਸ ਹੈਗੀਆਂ ਨੇ ਉਹਦੀ ਅੱਜ ਫਸਟ ਪ੍ਰੈਪਰੇਸ਼ਨ ਮੀਟਿੰਗ ਹੋਈ ਹੈ। ਸੋ ਵੱਖ ਵੱਖ ਡਿਪਾਰਟਮੈਂਟਸ ਦੀ EOMC ਸਰਹੰਦ, ਮੰਡੀ ਗੋਬਿੰਦਗੜ੍ਹ, ਸਾਰੇ ਹੀ BDPOs, ਸਾਰੇ SDMs, ਟਰਾਂਸਪੋਰਟ, SP ਹੈੱਡਕੁਆਟਰ, ਸਭ ਇਹਦੇ 'ਚ ਅੱਜ ਹਾਜ਼ਰ ਹੋਏ ਨੇ। ਟ੍ਰੈਫਿਕ ਡਾਇਵਰਜ਼ਨ ਪਲਾਨ ਤੋਂ ਲੈ ਕੇ ਸਾਫ਼ ਸਫਾਈ ਅਤੇ ਹੋਰ ਜਿੰਨੇ ਵੀ ਪ੍ਰਬੰਧ ਨੇ, ਬਿਜਲੀ ਦਾ ਪ੍ਰਬੰਧ, ਸਾਫ਼ ਸਫਾਈ ਦਾ ਪ੍ਰਬੰਧ, ਚਾਹੇ ਉਹ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ, ਉਹ ਸਾਰੇ ਹੀ ਅੱਜ ਸਾਰਿਆਂ ਦੀ ਡਿਊਟੀਜ਼ ਲੱਗ ਚੁੱਕੀਆਂ ਨੇ ਅਤੇ ਸਭ ਨੂੰ ਦੱਸ ਦਿੱਤਾ ਗਿਆ ਕਿ ਆਪਣੇ ਆਪਣੀ ਡਿਪਾਰਟਮੈਂਟ ਵਾਈਜ਼ ਤਿਆਰੀ ਉਹ ਰੱਖਣ। ਅਲੱਗ ਅਲੱਗ ਸਬ ਕਮੇਟੀ ਸਾਡੇ ਵੱਲੋਂ ਬਣਾਈਆਂ ਗਈਆਂ ਨੇ ਤੋ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਟਾਈਪ ਦੀ ਕੋਈ ਪ੍ਰੋਬਲਮ ਨਾ ਆਏ, ਕਿਉਂਕਿ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਉਸ ਟਾਈਮ। ਸੋ ਸਾਡੀ ਰਿਸਪੋਂਸੀਬਿਲਟੀ ਹੈ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਫੇਸ ਨਾ ਕਰਨੀ। ਇਸ ਵਾਰੀ ਜੋ ਕਿ ਹਰ ਸਾਲ RG ਟੋਇਲਟਸ ਲੱਗਦੇ ਸੀਗੇ, ਇਸ ਵਾਰੀ 21 ਨਵੇਂ ਟੋਇਲਟ ਬਲੋਕਸ ਗਵਰਨਮੈਂਟ ਵੱਲੋਂ ਸੈਂਕਸ਼ਨ ਕੀਤੇ ਗਏ ਨੇ। ਮਾਨਯੋਗ CM ਸਾਹਿਬ ਵੱਲੋਂ ਅਨਾਊਂਸਮੈਂਟ ਕੀਤੀ ਗਈ ਸੀਗੀ, ਉਹਦੇ 'ਚੋਂ 15 ਟੋਇਲਟ ਬਲੋਕਸ ਦਾ ਕੰਮ ਖੂਬ ਤੇਜ਼ੀ ਨਾਲ ਚੱਲ ਰਿਹਾ ਹੈਗਾ ਅਤੇ ਲੋਕਾਂ ਲਈ ਇਹ ਵੱਡੀ ਸਹੂਲਤ ਲੋਕਾਂ ਨੂੰ ਪ੍ਰਾਪਤ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਕਲਗੀਧਰ ਪਾਤਸ਼ਾਹ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਨੂੰ ਨਮਸਕਾਰ ਕਰਦਿਆਂ ਸਮੁੱਚਾ ਪੰਥ ਛੋਟੇ ਲਾਲ, ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਂ ਗੁਜਰੀ ਜੀ ਦੀ ਸ਼ਹਾਦਤ 'ਤੇ ਇਸ ਮੁਕੱਦਸ ਸਥਾਨ 'ਤੇ ਹਾਜ਼ਰੀਆਂ ਭਰਦਾ। ਲਗਭਗ 5 ਦਿਨਾਂ ਦੇ ਵਿੱਚ 50 ਲੱਖ ਸੰਗਤ ਦੇ ਕਰੀਬ ਹਾਜ਼ਰੀ ਭਰ ਰਹੀ ਹੈ। ਬਹੁਤ ਵੱਡੇ ਪ੍ਰਬੰਧ ਨੇ ਔਰ ਸਾਰੇ ਪ੍ਰਬੰਧਾਂ ਵਿੱਚ ਸਮੁੱਚਾ ਪੰਥ ਸੰਗਤ ਬਹੁਤ ਵੱਡਾ ਸਹਿਯੋਗ ਕਰਦੀ ਹੈ। ਲੰਗਰਾਂ ਦਾ ਪ੍ਰਬੰਧ, ਸਫਾਈ ਦਾ ਪ੍ਰਬੰਧ, ਹਰ ਇੱਕ ਸੁਵਿਧਾ, ਉਹਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪ੍ਰਸ਼ਾਸਨ ਪੂਰਨ ਸਹਿਯੋਗ ਕਰਦਾ ਤਾਂ ਕਿ ਸੰਗਤ ਨੂੰ ਕੋਈ ਅਸੁਵਿਧਾ ਨਾ ਹੋਵੇ। ਤੋ ਉਹਦੇ ਸੰਬੰਧ 'ਚ ਹਰ ਸਾਲ ਦੀ ਤਰ੍ਹਾਂ ਇਕੱਤਰਤਾ ਹੋਈ ਹੈ। ਬਹੁਤ ਸਾਰਥਕ ਰੂਪ ਵਿੱਚ ਸੰਗਤ ਨੇ ਸੁਝਾਅ ਵੀ ਦਿੱਤੇ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਪ੍ਰਬੰਧ ਦੇ ਨਾਲ ਸਾਰੀ ਸੰਗਤ ਸਹਿਯੋਗੀ ਬਣ ਕੇ, ਇੱਕ ਪਰਿਵਾਰ ਬਣ ਕੇ ਖੜਨ ਦਾ ਸਾਰਾ ਜਿਹੜਾ ਉਹ ਵਿਉਂਤਬੰਦੀ ਕੀਤੀ। ਔਰ ਉੱਥੇ ਅਸੀਂ ਖਾਸ ਬੇਨਤੀ ਕਰਦੇ ਹਾਂ ਗੁਰੂ ਘਰ ਵੱਲੋਂ ਸੇਵਾਦਾਰ ਹੋਣ ਦੇ ਨਾਤੇ ਕਿ ਇਸ ਸਾਰੇ ਇਕੱਠ ਨੂੰ ਉਸ ਰੂਹਾਨੀ ਰੰਗ ਵਿੱਚ ਰੰਗੀਏ, ਉਹੀ ਜਜ਼ਬਾਤੀ ਰੰਗ ਜਿਸ ਭਾਵਨਾ ਦੇ ਨਾਲ ਤੁਸੀਂ ਘਰਾਂ ਤੋਂ ਤੁਰਨਾ, ਉਸ ਤੁਰਨ ਤੋਂ ਪਹਿਲੇ ਕਦਮ ਤੋਂ ਲੈ ਕੇ ਵਾਪਸ ਪਰਤਣ ਤੱਕ ਉਹੀ ਸਾਡੇ ਜਜ਼ਬਾਤ ਹੋਣ, ਉਹੀ ਫੀਲਿੰਗ ਹੋਵੇ ਕਿ ਗੁਰੂ ਲਾਲਾ ਨੇ ਕਿਉਂ ਕੁਰਬਾਨੀ ਦਿੱਤੀ, ਸਾਡੇ ਕੀ ਫਰਜ਼ ਹਨ, ਫਿਰ ਸਾਰੀਆਂ ਸੇਵਾਵਾਂ ਸਫਲ ਹੋਣਗੀਆਂ ਅਤੇ ਫਿਰ ਇਹ ਇਕੱਠ ਇੱਕ ਮੇਲਾ ਵੀ ਨਹੀਂ ਬਣੇਗਾ ਬਲਕਿ ਇੱਕ ਰੂਹਾਨੀ ਸਤਸੰਗ ਹੋਏਗਾ। ਸੋ ਇਹ ਇਕੱਠ ਬੰਦਗੀ ਹੈ, ਇਬਾਦਤ ਹੈ, ਭਾਵਨਾ ਅਤੇ ਸ਼ਰਧਾ ਜਜ਼ਬਾਤਾਂ ਦਾ ਬੜਾ ਵੱਡਾ ਇੱਕ ਸੁਮੇਲ ਹੈ। ਸੋ ਉਸ ਪ੍ਰਭਾਵ ਨੂੰ ਆਪਣੇ ਸੀਨੇ 'ਚ, ਹਿਰਦੇ 'ਚ ਵਸਾ ਕੇ ਬੇਨਤੀ ਹੈ ਕਿ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਲੰਗਰਾਂ ਸੰਬੰਧੀ ਮੀਟਿੰਗ ਰੱਖੀ ਗਈ ਸੀ। ਇਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਮੈਨੇਜਰ, ADC ਸਾਹਿਬ, SDM ਸਾਹਿਬ ਅਤੇ ਪੁਲਿਸ ਡਿਪਾਰਟਮੈਂਟ ਨੂੰ ਮੈਂ ਸ਼ਾਮਿਲ ਹੋਇਆ ਸੀਗਾ ਅਤੇ ਸਾਰੇ ਜਿਨ੍ਹਾਂ ਨੇ ਲੰਗਰ ਲਾਉਣੇ ਨੇ ਉਹ ਸਾਰੇ ਸੰਗਤਾਂ ਸ਼ਾਮਿਲ ਸੀਗੀਆਂ। ਉਹਦੇ 'ਚ ਉਹਨਾਂ ਨੂੰ ਜੋ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਹੋਈਆਂ ਨੇ ਉਹਨੂੰ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਨੇ ਅਤੇ ਉਹਨਾਂ ਤੋਂ ਭਰਪੂਰ ਸਹਿਯੋਗ ਦੀ ਅਪੀਲ ਕੀਤੀ ਗਈ ਜੀ। ਪਿੰਡ ਪਲਾਸੌਰ ਤੋਂ, ਹਾਂਜੀ, ਸੰਗਰੂਰ ਜ਼ਿਲ੍ਹਾ। ਠੀਕ ਹੈ ਜੀ, 40 ਸਾਲ ਹੋ ਗਏ ਸਾਡਾ ਪਲਾਸੌਰ ਦਾ ਲੰਗਰ ਚੱਲਦੇ ਨੂੰ। ਅੱਛਾ ਜੀ, ਹਾਂ, ਕਾਹਦਾ ਕਾਹਦਾ ਲੰਗਰ ਲਾਉਂਦੇ ਹੋ ਜੀ? ਅਸੀਂ ਜੀ ਦਾਲ ਰੋਟੀ ਦਾ ਲੰਗਰ ਲਾਉਂਦੇ ਹਾਂ, ਸਾਗ ਬੀਲਾ ਕਰ ਦਿੰਦੇ ਹਾਂ, ਸਬਜ਼ੀ, ਸਾਰੀਆਂ ਸਬਜ਼ੀਆਂ, ਪਕੌੜੇ, ਮਿੱਠਾ ਨਹੀਂ ਕਰਦੇ। ਅੱਛਾ ਜੀ, ਹਾਂ। ਕਿੰਨੀ ਕੁ ਦੇਰ ਤੋਂ ਕਿਹਾ ਤੁਸੀਂ ਲਾ ਰਹੇ ਹੋ ਲੰਗਰ? ਆਪਾਂ 40 ਸਾਲ ਹੋ ਗਏ ਜੀ। ਠੀਕ ਹੈ ਜੀ,
84 ਤੋਂ ਲਾ ਰਿਹਾ, 84 ਤੋਂ 2 ਸਾਲ ਪਹਿਲਾਂ ਦੇ। ਕਿੰਨੇ ਜੀ ਅਸੀਂ ਕਰ ਦਾਂਗੇ? ਸੱਤ ਪੋਹ ਨੂੰ ਸ਼ੁਰੂ ਕਰਾਂਗੇ। ਠੀਕ ਹੈ ਜੀ, 13 ਤੱਕ। ਠੀਕ ਹੈ, ਹਾਂ ਜੀ। ਸੇਵਾ ਕਰਦੇ ਨੇ ਸਾਰੇ ਮੁੰਡੇ, ਬਸ ਹਾਂ ਨਸ਼ਿਆਂ ਤੋਂ ਪਰਾਂ ਰਹਿਣਗੇ। ਨਸ਼ਾਰੀ ਉਰੇ ਕੋਈ ਕਰਨ ਨਹੀਂ ਦਿੰਦੇ ਸੀ ਲੰਗਰ ਦੇ ਵਿੱਚ, ਹਾਂ ਸੋ ਕੋਈ ਗੜਬੜ ਨਹੀਂ ਕਰਨ ਦਿੰਦੇ ਛੇਤੀ, ਹਾਂ ਉਹ 'ਤੇ ਕੰਟਰੋਲ ਰੱਖਦੇ ਹਾਂ।